ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਲਓ ਜੀ, ਮਨਰਾਜ ਸਿੱਧੂ ਬਲੌਗ ਵਿੱਚ ਤੁਹਾਡਾ ਸਵਾਗਤ ਹੈ। ਸਵੇਰ ਦਾ ਟਾਈਮ ਆ ਔਰ ਸਭ ਤੋਂ ਗੁੱਡ ਮਾਰਨਿੰਗ। ਔਰ ਅੱਜ ਦੇਖੋ ਹੋਲੀ ਵਾਲਾ ਦਿਨ ਆ ਔਰ ਮੌਸਮ ਦੇਖੋ ਪੂਰੇ ਬੱਦਲ ਬਣ ਗਏ ਆ। ਕਿਰਮਿਣ ਕਿਰਮਿਣ ਹੋਣ ਲੱਗ ਗਈ, ਮੀਂਹ ਪੈਣ ਲੱਗ ਗਿਆ ਅੱਜ। ਮੌਸਮ ਹੋ ਗਿਆ ਸਿਰ ਸਿਰ ਬੱਦਲ ਸੀ, ਹੁਣ ਕਣੀਆਂ ਆਉਣ ਲੱਗ ਗਈਆਂ, ਕਣੀਆਂ ਕਾਫੀ ਹੋ ਗਈਆਂ। ਅੱਜ ਤਾਂ ਮੀਂਹ ਪੈਂਦੇ, ਇਹਦੇ ਵਿੱਚ ਹੀ ਧਾਰਾਂ ਕੱਢਣੀਆਂ ਪੈਣਗੀਆਂ। ਸਾਰੇ ਗਿੱਲਾ ਗਿੱਲਾ ਹੋ ਗਿਆ। ਛਤਰੀ ਬਣਾ ਕੇ ਲਿਆਉਂਦੀ ਮੀਂਹ ਭਿੱਜਣ ਤੋਂ ਬਚਣ ਲਈ। ਮੈਂ ਕਿਹਾ ਛਤਰੀ ਬਣਾ ਕੇ ਲਿਆਉਂਦੀ ਮੀਂਹ ਤੋਂ ਬਚਣ ਵਾਸਤੇ। ਆਪਣੀ ਛਤਰੀ ਟੁੱਟ ਗਈ ਨਾ, ਲਿਆਉਣ ਵਾਲੀ ਹੈ, ਦੇਸੀ ਛਤਰੀ ਬਣਾ ਲਈ। ਹੁਣ ਤਾਂ ਪੂਰਾ ਹੀ ਮੀਂਹ ਲੈ ਪਿਆ, ਇੰਨਾ ਵੀ 2-3 ਘੰਟੇ ਪੈ ਕੇ ਅਤੇ ਫਿਰ ਮੌਸਮ ਸਾਫ਼ ਹੋ ਜੇ ਤਾਂ ਵਧੀਆ, ਨਹੀਂ ਤਾਂ ਸਾਰਾ ਦਿਨ ਚਿੱਕੜ 'ਚ ਕੰਮ ਕਰਨਾ ਹੋ ਜੂ ਮੁਸ਼ਕਿਲ। ਹੁਣ ਕੁਛ ਰੁਕ ਵੀ ਗਿਆ ਮੀਂਹ, ਅਤੇ ਬੱਚੇ ਮੀਂਹ ਦੇ ਵਿੱਚ ਹੀ ਆ ਗਏ, ਸਵੇਰੇ ਮੀਂਹ ਪੈਂਦੇ ਵਿੱਚ ਹੀ ਆ ਗਏ, ਬੱਚੇ ਪਹੁੰਚ ਗਏ। ਤੁਸੀਂ ਮੀਂਹ ਪੈਂਦੇ ਜੀ ਆ ਗਏ ਹੈ ਮੈਡਮ ਜੀ, ਮੈਨੂੰ ਲੱਗਦਾ ਅੱਜ 4 ਹੀ ਆਉਂਗੇ, ਬਾਕੀ ਬੱਚੇ ਨਹੀਂ ਆਉਂਦੇ। ਅੱਛਾ, ਖੁਸ਼ ਹੋ ਰਹੀ। ਇੱਕ ਹੋਰ ਆਇਆ ਸੀ ਨਾ, ਉਹ ਕੌਣ ਸੀ? ਲਓ ਜੀ, ਅੱਜ ਹੈਗੀ ਹੋਲੀ ਤੇ ਸਭ ਨੂੰ ਹੋਲੀ ਦੀਆਂ ਬਹੁਤ ਬਹੁਤ ਵਧਾਈਆਂ ਜੀ। ਹੈਲੋ ਗਾਇਸ, ਸਭ ਕੋ ਹੈਪੀ ਹੋਲੀ। ਸਾਰੇ ਬੱਚੇ ਹੈਪੀ ਹੋਲੀ ਕਰ ਰਹੇ ਆ, ਪਰ ਅੱਜ ਮੀਂਹ ਪੈਣ ਕਰਕੇ ਬਾਕੀ ਬੱਚੇ ਹਜੇ ਪਹੁੰਚੇ ਨਹੀਂ, ਹੋ ਸਕਦਾ ਪਹੁੰਚ ਜਾਣਗੇ। ਹਾਂਜੀ, ਹੋਲੀ ਕੋ ਆਪਣੀ ਖੇਡਾਂਗੇ ਤੇ ਮਿਲ ਕੇ ਦਿਖਾ ਦੇ। ਬਾਰਿਸ਼ ਹੋ ਗਈ ਨਾ, ਬਰਸਾਤ ਖਾ ਲੋ ਬਸ। ਬੱਚੇ ਕਹਿੰਦੇ ਹੋਲੀ ਤੇ ਕੁਛ ਖਾਣਾ, ਦਵਾਈ ਖਾ ਲਈ ਮੈਨੇ, ਦਵਾਈ ਖਾ ਲਈ ਹੋਲੀ ਤੇ। ਹਾਂਜੀ, ਮੇਰੀ ਤਬੀਅਤ ਠੀਕ ਹੁੰਦੀ ਨਾ ਫਿਰ ਮੈਂ ਤੁਹਾਨੂੰ ਜ਼ਰੂਰ ਪਾਰਟੀ ਕਰਦੀ ਹੋਲੀ ਤੇ, ਹੈ ਨਾ? ਪ੍ਰੋਮਿਸ ਤਾਂ ਕੀਤਾ ਸੀਗਾ, ਪਰ ਮੇਰੀ ਤਬੀਅਤ ਤਾਂ ਫਿਰ ਆਪ ਆਤੇ ਹੈ ਨਾ, ਬਾਰਿਸ਼ ਮੇ ਸਾਥ ਮੇ ਬਾਰਿਸ਼ ਕਾ ਬਹਾਨਾ ਤਾਂ ਫਿਰ ਵੀ ਆਪ ਆ ਗਏ। ਇਹਦੀ ਡਰਾਇੰਗ ਵਧੀਆ ਹੈ, ਸੋਹਣੀ ਹੈ ਨਾ ਬਈ? ਮੈਂ ਨਹੀਂ ਲਗਵਾਤੀ ਰੰਗ ਬਈ, ਨਾ ਬਈ, ਮੈਨੂੰ ਐਲਰਜੀ ਹੈ ਰੰਗ ਸੇ। ਲਓ ਜੀ, ਮੀਂਹ ਤਾਂ ਰੁਕ ਗਿਆ ਤੇ ਹੁਣ ਆਲੂ ਵਾਲੇ ਪਰੌਂਠੇ ਬਣਾਉਣ ਲੱਗੇ ਹਾਂ, ਕਿਉਂਕਿ ਮੌਸਮ ਥੋੜ੍ਹਾ ਜਿਹਾ ਠੰਡਾ ਹੋ ਗਿਆ, ਕਿਤੇ ਤਾਂ ਗਰਮੀ ਆ ਗਈ ਸੀਗੀ, ਪੂਰੀ ਪੈਣ ਲੱਗ ਗਈ ਸੀ, ਕਿਤੇ ਕਿਤੇ ਮੌਸਮ ਠੰਡਾ ਹੋ ਗਿਆ। ਹੁਣ ਮੈਂ ਬਣਾਉਣ ਲੱਗੀ ਸੀ ਆਲੂ ਵਾਲੇ ਪਰੌਂਠੇ, ਪੈਣ ਦਾ ਟਾਈਮ ਹੋ ਗਿਆ। ਇੱਧਰ ਧਰਤੀ ਹੈ ਚਾਹ ਅਤੇ ਬਾਲ ਮੈਂ ਵੀ ਧਰਤੀ ਸੀਗੇ, ਪਰ ਅਜੇ ਸੁੱਕੇ ਨਹੀਂ, ਗਿੱਲੇ ਪਏ। ਸਬਜ਼ੀ ਬਣਾ ਕੇ ਅੱਜ ਗੋਭੀ ਦੀ। ਚਾਹ ਪੀਣ ਤੋਂ ਬਾਅਦ ਮੰਮੀ ਲੱਗ ਗਏ ਸੀ ਸਬਜ਼ੀ ਕੱਟਣ, ਔਰ ਮੈਂ ਇੱਥੇ ਆ ਗਈ ਸੀ, ਥੋੜ੍ਹਾ ਜਿਹਾ ਮਸ਼ੀਨ ਦਾ ਕੰਮ ਕਰਨਾ ਸੀਗਾ, ਯਾਨੀ ਕਿ ਇੱਕ ਤਾਂ ਮੈਂ ਕਮੀਜ਼ ਖੁੱਲ੍ਹਾ ਕਰਨਾ ਸੀ ਆਪਦਾ, ਅਤੇ ਇੱਕ ਦੋ ਥੋੜ੍ਹੇ ਜਿਹੇ ਉਧੜੇ ਸੀ ਸੂਟ ਉਹ ਸੀਨੇ ਸੀਗੇ, ਅਤੇ ਟਾਈਮ ਅੱਧੇ ਕੁ ਘੰਟੇ ਦਾ ਬਸ ਟਾਈਮ ਲੱਗਣਾ ਸੀਗਾ ਇੱਥੇ, ਅਤੇ ਮੈਂ ਕਿਹਾ ਚਲੋ ਇੰਨਾ ਕੁ ਕੰਮ ਕਰ ਲੈਂਦੀ, ਜ਼ਿਆਦਾ ਟਾਈਮ ਤਾਂ ਹੈ ਨੀਗਾ। ਬਾਕੀ ਕਿਚਨ ਦੇ ਕੰਮ ਕਰਨ ਦੇ ਨਾਲ ਨਾਲ ਮੈਂ ਸਬਜ਼ੀ ਵੀ ਬਣਾ ਲਈ, ਅਤੇ ਹਰਾ ਧਨੀਆ ਕੱਟ ਕੇ ਇਹਨੂੰ ਚੰਗੀ ਤਰ੍ਹਾਂ ਕਰਤਾ ਗਾਰਨਿਸ਼। ਲਓ ਜੀ, ਬੱਚੇ ਪਹੁੰਚਣੇ ਹੋ ਗਏ ਸ਼ੁਰੂ, ਤਾਂ ਹੁਣ ਟਿਊਸ਼ਨ ਆਪਾਂ ਕਰਦੇ ਹਾਂ ਸ਼ੁਰੂ। 8 8 18 9 9 19 20 20 ਇੱਧਰ 2 ਪਾਉਣਾ ਸੀ, ਇੱਧਰ 2 ਪਾਓ, ਇਰੇਸ ਕਰੋ ਇਰੇਸ ਕਰੋ, 2 ਪਾਓ, 24 25 20 ਕੀ ਪਾਉਣਾ ਹੁਣ, 6 26 27 27 ਪ੍ਰੋਪਰ ਲਿਖੋ, ਪ੍ਰੋਪਰ 7 ਸਹੀ ਨਹੀਂ ਲਿਖਿਆ, ਇਰੇਜ ਕਰੋ, ਨਹੀਂ ਗਾ ਬੇਟਾ ਸਹੀ, ਸੋਹਣਾ ਜਿਹਾ 7 ਬਣਾਈਦਾ, ਫਿਰ ਹੀ ਸਟਾਰ ਮਿਲੂਗਾ, ਫਿਰ ਹੀ ਗੁੱਡ ਮਿਲੂਗਾ। 8 28 29 30 30 ਚਲੋ ਹੁਣ 31 ਮਹੱਲਾ ਲਿਖੋ, 3 8
सपक चार सब आता सुपर एक्सीलेंट है सप नहीं गा है सुपर एक्सीलेंट है सप है सप है हाँ अच्छा केनू चेयर नो हाँ चेयर से पढ़ा दो चेयर थोड़ो पढ़ोगे बच्चे पढ़ दें दे है अच्छा तेन स्टार सुपर एक्सीलेंट सारा कुछ मिलूगा अज सारा वर्क किया ना दीदियां डिस्टर्ब कर दिया लेंदियां से सुख शब्द नु पढ़ नहीं दिंदियां सीगियां ऐसे नहीं पढ़ने दिंदी सीगी और सिक्स है बेटा लो उल्टा चल रहा है क्या अजय सारा रहता है करो ऐसा थक गया सुख शब्द वर्क कर करके नींद आ गई सुख शब्द नु है ना इन्ना वर्क किया अज मम्मी दे कोले जाना तो सारा दिन मम्मी दे कोले रहना है मम्मी दे कोले रहना है हां तो फिर हां बता भाई ये लाले दर्द वाला लाले लाले पीर मुलाई अपने तरह करते चाटते हूं जेड़ा वर्क रह गया थोड़ा जो भी कर लो फिर सो जाओ नहीं हैं नहीं हूं चाय ले आवां बना के नहीं चाय पीनी नहीं वर चाय पीना ना के दूध 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 पीना चल दो तुत्ता कर लियो नहीं है पी के आया के फिर तो पावर है गी फिर तो जल्दी जल्दी होमवर्क करो सॉरी वर्क करो मैं तो हम करते थक गए फिर आप होमवर्क दे देंगे थक गया चल रेस्ट कर लो फिर रेस्ट कर लो ठीक है फिर तूने पढ़ ला मैं तो पढ़ी जान नहीं है मैं होमवर्क दे ही नहीं बच्चे नु फिर तू नहीं पढ़ती आ देख इनिया कॉपियां पईयां इन होमवर्क दे ही नहीं है पता नहीं बच्चे ला दें दे। तेरे बच्चे और जड़े आ दे किथे है हुन करे आ पहला रेजर दे दे रे जाते मैं ओदी रेजर दे फिर है अब सर तुम का है री है की कनी बैग चेक करना पड़ेगा एता एक पर्सन है छाती आ रेजर आ वे चल अगर वड्डी पेंसिल रख ला दी ठीक है नहीं देनी इनू ए रेजर रख लूगा पेंसिल रख एवे नहीं सिटी देगी कितों लो चूहे मंडी चूहे मिलते हैं हाँ मिलते हैं की करने हैं खाने हैं चूहे खाने हैं हाँ फ्रूट खाओ कुछ और खाओ चूहे खाने हैं आ चूहे खाने हैं चलो एस कलर करने हैं ठीक है ओके कलर भी नहीं होने पर ठीक है अब बढ़िया वर्क किया मारी अब ना कॉपी पढ़ चुकी मेरे टाइम में मारी अब ना दादू आज लेट आएंगे फिर मैंने बैठ के पढ़ा किधर उड़ गा जी वे वीरे ने उड़ाया से ना मैं उड़ा के देख उड़ाई था ना अरे प्लेन उड़े नहीं था ना उड़ा ले मैं उड़ा के तवा उड़े कर इस तरह फड़ो एवं थलो फड़ी दा थलो उरे दे अरे ए, एक हाथ बैग फड़े एवं थोड़ा उरे कर एवं नहीं उड़ता बेटा हाँ आ देखो ऐ करके ऐ फड़ो इतो फिर ऐ करके ऐ उड़ाओ गया उड़ गया ना वे सीधा उड़ाई है ना की देखना सी तू उधर देख के तो गया सी देख के तो गया सी फिर मैं खड़े ओ जे तो छोटे छोटे बच्चे आएंगे फिर दिखावांगे ठीक है अंडे देते हाँ जी अंडे देते फिर तो चूचे बैठे चूचे जो होंगे बच्चे हो निकलेंगे ना अंडे चो फिर दिखावांगे ठीक है हाँ जी निकल ਕਿੱਦਣ ਹਜੇ ਕਈ ਦਿਨ ਠਹਿਰ ਕੇ ਰੁਕ ਕੇ ਬਹੁਤ ਦਿਨ ਲੱਗਣਗੇ ਹਜੇ ਚੂਚੇ ਨਿਕਲਣਗੇ ਅੰਡਿਆਂ ਚੋਂ ਬਹੁਤ ਦਿਨ ਲੱਗਣਗੇ ਇਹ ਕਾਪੀਆਂ ਬੱਚਿਆਂ ਦੀਆਂ ਮੈਂ ਹੋਮਵਰਕ ਦੇਣਾ ਇਹਨਾਂ 'ਤੇ ਬੱਚੇ ਆਉਣਗੇ ਉਹ ਕਹਿੰਦੇ ਸੀ ਮੈਡਮ ਹੋਮਵਰਕ ਦੇ ਦਿਓ ਇਹ ਬੈਲੂਨ ਹੈ मेरा पेन है पेन दे तो दे है
मैं दो रखे है फिर खत्म होने वाला हता करके छोटे बच्चे थोड़ा मैम लेंदे होंगे पेन बेंच ते नहीं कराना बेंच ते नहीं करना बेंच खराब हो चुकना लो फिर सारे ने सत श्रीकाल बुला दे हुण हाथ जोड़ के किवें बुलाई दा हाथ जोड़ सत श्रीकाल जी सारियां नू बाय 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 कर दे बाय बाय सारियां नू बाय नहीं आए हजे लैण बेटा हॉर्न हॉर्न मारनगे फिर आउणगे हजे नहीं जाना बैठ जाओ जोर है नहीं का जोर है नहीं जी शाम का टाइम हो गया तो कुछ शाम के काम काज कर लिया रह गया फुलका बना तो अज का ब्लॉग तुहानू कि लग्या क्योंकि अज के ब्लॉग तो आप कर रहे हैं एंड इतने ही तो जाते जाते वीडियो करते लाइक पहली बार चैनल पर विजिट कर रहे हो तो चैनल सबसक्राइब जरूर कर लेना जी ठीक है जी कल मिलेंगे एक नवे ब्लॉग के नाल सारे सत श्री अकाल जी।